ਮਾਛੀਵਾੜਾ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਇੱਕ 11 ਸਾਲਾਂ ਦੀ ਬੱਚੀ ਜੋਇਆ ਵੈਂਸ ਦੀ ਟਿੱਪਰ ਦੇ ਹੇਠਾਂ ਸਿਰ ਆਉਣ ਦੇ ਕਾਰਨ ਮੌਤ ਹੋ ਗਿਆ। ਦਰਅਸਲ ਉਸ ਵਕਤ ਇਹ ਹਾਦਸਾ ਵਾਪਰਿਆ ਜਦੋਂ ਇੱਕ 11 ਸਾਲਾਂ ਦੀ ਬੱਚੀ ਜੋਇਆ ਵੈਂਸ ਆਪਣੇ ਤਾਏ ਦੇ ਨਾਲ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਆ ਰਹੀ ਸੀ ਤਾਂ ਉਸ ਵਕਤ ਮਾਛੀਵਾੜਾ ਸਾਹਿਬ ਦੇ ਇੱਕ ਰੋਡ ਦੇ ਉੱਤੇ ਆ ਕੇ ਇੱਕ ਟਿੱਪਰ ਅਤੇ ਤੂੜੀ ਦੀ ਭਰੀ ਹੋਈ ਟਰਾਲੀ ਆ ਰਹੀ ਹੁੰਦੀ ਆ ਤਾਂ ਉਸ ਵਕਤ ਉੱਥੇ ਇੱਕ ਚਸ਼ਮਦੀਦ ਦੇ ਕਹਿਣ ਮੁਤਾਬਕ ਕਿ ਜੋ ਟਿੱਪਰ ਆ ਉਸ ਦੁਆਰਾ ਇਹਨਾਂ ਨੂੰ ਪਹਿਲਾਂ ਫੇਟ ਮਾਰੀ ਜਾਂਦੀ ਹੈ ਜਿਸ ਦੇ ਕਾਰਨ ਜੋ ਉਸ 11 ਸਾਲਾਂ ਦੀ ਲੜਕੀ ਜੋਇਆ ਵੈਂਸ ਦਾ ਤਾਇਆ ਉਹ ਅੰਦਰਲੇ ਪਾਸੇ ਨੂੰ ਗਿਰ ਜਾਂਦਾ ਪਰ ਉਹ ਬੱਚੀ ਸੜਕ ਦੇ ਪਾਸੇ ਨੂੰ ਗਿਰ ਜਾਂਦੀ ਹੈ ਅਤੇ ਜੋ ਟਿੱਪਰ ਹੁੰਦਾ ਉਸਦਾ ਜੋ ਟਾਇਰ ਆ ਉਸ 11 ਸਾਲਾਂ ਦੀ ਬੱਚੀ ਦੇ ਸਿਰ ਦੇ ਉੱਤੋਂ ਦੀ ਲੰਘ ਜਾਂਦਾ ਜਿਸ ਕਾਰਨ ਉਸ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਉਸ ਚਸ਼ਮਦੀਦ ਦੁਆਰਾ ਕਿ ਜੋ ਤੂੜੀ ਦੀ ਭਰੀ ਹੋਈ ਟਰਾਲੀ ਵਾਲਾ ਉਸਦਾ ਕੋਈ ਵੀ ਕਸੂਰ ਨਹੀਂ ਆ ਪਰ ਮੌਕੇ 'ਤੇ ਜੋ ਟਿੱਪਰ ਦਾ ਡਰਾਈਵਰ ਸੀ ਉਹ ਵੀ ਉੱਥੇ ਆ ਲੋਕਾਂ ਦੇ ਦੁਆਰਾ ਉਸਨੂੰ ਆਪਣੇ ਕੋਲ ਖੜਾਇਆ ਗਿਆ ਤਾਂ ਹੁਣ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਆਖਰ ਗਲਤੀ ਕਿਸ ਦੀ ਸੀ ਜਿਸ ਕਾਰਨ ਇੱਕ 11 ਸਾਲਾਂ ਦੀ ਬੱਚੀ ਜੋਇਆ ਵੈਂਸ ਦੀ ਮੌਤ ਹੋ ਗਈ ਹੈ। ਲੁਧਿਆਣੇ ਜਾ ਰਹੇ ਸੀ ਰੇਤਾ ਭਰਨ ਆ ਰਿਹਾ ਆਪਣੀ ਅੰਮ੍ਰਿਤਸਰ ਗੱਡੀ ਆਪਣੀ ਆ ਜਾਂ ਤੁਸੀਂ ਗੱਡੀ ਚਲਾਉਂਦੇ ਨਹੀਂ ਗੱਡੀ ਕੰਪਨੀ ਦੀ ਗੱਡੀ ਕਿਹੜੀ ਕੰਪਨੀ HPRC ਹੈ HPRC ਕੀ ਕੰਮ ਹੈ ਇਹਨਾਂ ਦਾ ਬਜਰੀ ਇਹੋ ਹੀ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਹੈ ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਤੇ ਬੇਟੀ ਆਪਣੇ ਕਿਸੇ ਨੋਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ ਹਾਂਜੀ ਇਹ ਸਕੂਲ ਤੋਂ ਆ ਰਹੀ ਸੀਗੀ ਅਤੇ ਪਿੱਛੇ ਬੈਠੀ ਸੀਗੀ ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਯਾਨੀ ਕਿ ਸੱਜੇ ਪਾਸੇ ਗਿਰ ਗਈ ਆ ਬੇਟੀ ਹਾਂਜੀ ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ ਉਹਦਾ ਬਚਾਅ ਹੋ ਗਿਆ ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿੱਪਰ ਲੰਘਾ ਦਿੱਤਾ ਔਰ ਉਹਦੇ ਟਾਇਰ ਦੇ ਨੀਚੇ ਉਹਦਾ ਸਿਰ ਆਉਣ ਕਰਕੇ ਉਹ ਮੌਕੇ 'ਤੇ ਹੀ ਪੜ੍ਹਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦੀ ਪਤਾ ਲੱਗ ਗਿਆ ਇਹਦਾ ਨਾਮ ਜ਼ੋਆ ਸੀਗਾ ਜ਼ੋਆ ਬੈਂਸ ਫਿਫਥ ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ 'ਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ 'ਚ ਇਹ ਕੰਮ ਕੀਤਾ ਥੈਂਕ ਯੂ ਕੀ ਨਾਮ ਹੈ ਬ੍ਰਦਰ ਆਪਣਾ ਮੇਰਾ ਸੁਰਿੰਦਰਪਾਲ ਹੈ ਹੈ ਸੁਰਿੰਦਰਪਾਲ ਕਿਹੜੇ ਪਿੰਡ ਤੋਂ ਸਮਰਾਲੇ ਤੋਂ ਸਮਰਾਲੇ ਤੋਂ ਹਾਂਜੀ ਇਹ ਟਰਾਲੀ 'ਚ ਕੀ ਭਰਿਆ ਤੂੜੀ ਆ ਜੀ ਤੂੜੀ ਜੀ ਕਿੱਥੋਂ ਲੈ ਕੇ ਆ ਰਹੇ ਸੀ ਚੋਰੀ ਪ੍ਰਿਥੀਪੁਰ ਤੋਂ ਚੱਕੀ ਸੀ ਪ੍ਰਿਥੀਪੁਰ ਤੋਂ ਹਾਂਜੀ ਇੱਧਰ ਕਿੱਥੇ ਜਾ ਰਹੇ ਸੀ ਇਹ ਚਹਿਲਾ ਮੰਦਰ ਚੱਲੀ ਸੀ ਗਊਸ਼ਾਲੇ ਚਹਿਲਾ ਨਹੀਂ ਫਿਰ ਚਹਿਲਾ ਨੂੰ ਤਾਂ ਉੱਧਰੋਂ ਪਰਲੇ ਪਾਸੇ ਲੰਘ ਜਾਣਾ ਸੀ ਤੁਸੀਂ ਕਿੱਧਰ ਜੀ ਆਹ ਪੱਟੀਆਂ ਵੱਲ ਦੀ ਗੜੀ ਦੇ ਪੁਲ ਤੇ ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾਂ ਨੀਵੀਆਂ ਹੁੰਦੀਆਂ ਨੇ ਜੀ ਇਹ 'ਚ
ਅੱਛਾ ਜੀ, ਫਿਰ ਘਟਨਾ ਕਿਵੇਂ ਵਾਪਰੀ ਇਹ ਥੋੜ੍ਹਾ ਜਿਹਾ ਦੱਸੋ। ਮੈਂ ਜੀ ਲੈ ਸਾਈਡ 'ਚ ਲਈ ਆ ਰਿਹਾ ਸੀਗਾ, ਮੋਟਰਸਾਈਕਲ ਵਾਲਾ ਵੀ ਆ ਓਵਰਟੇਕ ਕਰ ਰਿਹਾ ਸੀ, ਪਿੱਛੇ ਟਿੱਪਰ ਵਾਲਾ ਆ ਰਿਹਾ ਸੀਗਾ, ਟਿੱਪਰਾਂ 'ਚ ਮੂਹਰੇ ਗੱਡੀ ਆ ਗਈ, ਉਹਨੇ ਪਰਲੇ ਅੰਦਰ ਨੂੰ ਮੋੜ ਲਿਆ, ਟਿੱਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ। ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ, ਇਹ ਕਿਵੇਂ ਆ ਗਿਆ ਵਿੱਚ? ਇਹ ਜਦੋਂ ਟਿੱਪਰ ਵੱਜਿਆ ਮੋੜਿਆ ਉਹਨੇ ਟਿੱਪਰ 'ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਟਰਾਲੀ ਦੇ, ਮੈਂ ਫਿਰ ਰੋਕ ਲਿਆ ਆਪਣਾ, ਯਾਨੀ ਕੁੜੀ ਦੇ ਉਹਦੇ ਟਿੱਪਰ ਦਾ ਟਾਇਰ ਚੜ ਗਿਆ ਸੀ ਜਿਹੜਾ ਬੱਚਾ ਸੀ ਜਿਹੜਾ ਟਾਇਰ ਚੜਿਆ ਟਿੱਪਰ ਦਾ। ਹਾਂ ਟਿੱਪਰ ਦਾ, ਉਹ ਮੈਂ ਦੇਖਿਆ ਚੜਦਾ। ਤੁਹਾਡੇ ਫਿਰ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜਿਆ? ਵੱਜ ਕੇ ਇੱਧਰ ਆਇਆ? ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਆ ਕੇ, ਓਵਰਟੇਕ ਕਰ ਰਹੇ ਸੀ ਟਰਾਲੀ ਨੂੰ। ਦੱਸੋ ਕੀ ਨਾਮ ਹੈ ਜੀ? ਮੇਰਾ ਨਾਮ ਡਾਕਟਰ ਸ਼ਿਵਮ ਹੈ। ਡਾਕਟਰ ਸਾਹਿਬ, ਇੱਕ ਐਕਸੀਡੈਂਟ ਕੇਸ ਹੋਇਆ ਜੀ। ਹਾਂਜੀ, ਕੀ ਸੀਗਾ ਜੀ? 11 ਸਾਲ ਦੀ ਕੁੜੀ ਸੀ, ਸੈਕਰੇਡ ਕਾਨਵੈਂਟ ਸਕੂਲ 'ਚ ਪੜ੍ਹਦੀ ਸੀ। ਇਹ ਤੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ 'ਤੇ ਆ ਰਹੇ ਸੀ, ਅਤੇ ਪਿੱਛੋਂ ਕੋਈ ਟਿੱਪਰ ਆਇਆ ਅਤੇ ਉਹਦੇ ਨਾਲ ਟਕਰਾ ਕੇ ਟਰੈਕਟਰ ਵੱਲ ਨੂੰ ਡਿੱਗ ਕੇ, ਜਿਹਦੇ ਕਾਰਨ ਟਰੈਕਟਰ ਬੱਚੇ ਦੇ ਸਿਰ ਦੇ ਉੱਤੋਂ ਹੀ ਲੰਘ ਗਿਆ। ਜਦ ਬੱਚੀ ਇੱਥੇ ਆਈ ਹੈ ਤਾਂ ਉਹਦੇ ਸਾਹ ਨਹੀਂ ਚੱਲਦੇ ਸੀ, ਅਸੀਂ CPR ਵਗੈਰਾ ਦਿੱਤਾ, ਪਰ CPR ਤੋਂ ਬਾਅਦ ਵੀ ਪੇਸ਼ੈਂਟ ਇੰਨਾ ਹੈਡ ਇੰਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ। ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ, ਸਿਰ ਪੂਰਾ ਪਿਚਕਿਆ ਪਿਆ। ਤਾਂ ਉਹ ਤੋਂ ਬਾਅਦ ਅਸੀਂ ਆਲਮੋਸਟ CPR ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈਡ ਕਰਤਾ। ਕਿੱਥੇ ਦੇ ਰਹਿਣ ਵਾਲੇ ਨੇ? ਮੱਛਵਾੜੇ ਸਾਹਿਬ ਦੀ ਨੇ, ਕ੍ਰਿਸ਼ਨਾਪੁਰੀ ਮੁਹੱਲੇ ਦੇ। ਗ੍ਰੈਂਡਫਾਦਰ ਦੂਜੀ ਸਾਈਡ ਗਿਰ ਗਏ ਸੀ ਟਰੈਕਟਰ ਤੋਂ, ਅਤੇ ਉਹਨਾਂ ਦੇ ਘੱਟ ਚੋਟਾਂ ਆਈਆਂ ਨੇ ਥੋੜ੍ਹੇ ਦੇ ਹੱਥ ਪੈਰਾਂ 'ਤੇ, ਬਟ ਕੁੜੀ ਟਰੈਕਟਰ ਵਾਲੀ ਸਾਈਡ ਡਿੱਗ ਗਈ ਸੀ, ਟਰੈਕਟਰ ਉੱਤੋਂ ਲੰਘ ਗਿਆ। ਤੁਸੀਂ ਆਪਣਾ ਪਹਿਲਾਂ ਨਾਮ ਦੱਸ ਦਿਓ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਵਿਜੇ ਕੁਮਾਰ ਜੀ। ਪਰ ਐਕਸੀਡੈਂਟ ਹੋਇਆ ਜੀ ਜਿਹੜਾ, ਉਹ ਲੜਕੀ ਦਾ ਜੀ, ਕੀ ਤੁਹਾਡੀ ਕੀ ਲੱਗਦੀ ਸੀਗੀ ਜੀ? ਕੀ ਨਾਮ? ਮੇਰੀ ਭਤੀਜੀ ਲੱਗਦੀ, ਪੋਤੀ ਲੱਗਦੀ ਹੈ ਜੀ। ਕਿਵੇਂ ਇਹ ਘਟਨਾ ਵਾਪਰੀ ਥੋੜ੍ਹਾ ਦੱਸੋ। ਅਸੀਂ ਸਕੂਲ ਤੋਂ ਛੁੱਟੀ ਵੇਲੇ ਆ ਰਹੇ ਸੀਗੇ ਜੀ, ਰਵੀਦਾਸ ਗੁਰਦੁਆਰੇ ਦੇ ਕੋਲ। ਮੈਂ ਟਰਾਲੀ ਕ੍ਰੋਸ ਕਰ ਰਿਹਾ ਸੀਗਾ ਜੀ, ਉੱਧਰ ਟਿੱਪਰ ਆ ਗਿਆ ਜੀ, ਟਿੱਪਰ ਵੱਜਿਆ ਮੇਰੇ ਵਿੱਚ ਜੀ, ਟਿੱਪਰ ਵੱਜ ਕੇ ਬੁੜੀਆ ਮੂੰਹ ਭਾਨੇ ਗਿਰ ਪਈ, ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ, ਮੇਰਾ ਮੋਟਰਸਾਈਕਲ ਟਰਾਲੀ ਦੇ ਥੱਲੇ ਚਲੇ ਗਿਆ ਜੀ। ਗੁੜੀਆ ਦੀ ਕਿੰਨੀ ਕੁ ਉਮਰ ਹੈ? ਉਮਰ 12 ਸਾਲ ਦੀ ਹੈ ਗੁੜੀਆ ਦੀ। ਤੁਸੀਂ ਗੁੜੀਆ ਨੂੰ ਲੈ ਕੇ ਕਿੱਥੋਂ ਆ ਰਹੇ ਸੀ? ਸਕੂਲ ਤੋਂ ਆ ਰਹੇ ਸੀ, ਸੈਕਰਡ ਸਕੂਲ ਤੋਂ। ਕਿੰਨੇ ਕੁ ਵਜੇ ਦੀ ਘਟਨਾ ਇਹ? 3 ਵਜੇ ਛੁੱਟੀ ਹੁੰਦੀ ਹੈ ਸਕੂਲੋਂ ਜੀ। ਮੌਕੇ 'ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ? ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ, ਉੱਥੇ ਤਾਂ ਗੁਆਂਢੀਓ ਲੈ ਕੇ ਆਏ ਚੱਕ ਕੇ ਜੀ ਫਿਰ ਇਹਨੂੰ। ਅਤੇ ਕਿੰਨੀ ਕੁ ਏ ਸੀ ਕੁੜੀ ਦਾ ਕੀ ਨਾਮ ਸੀਗਾ ਜੀ? ਜੋਇਆ ਮੈਂ ਸੀ ਗੁੜੀਆ ਦਾ ਨਾਮ ਜੀ। ਇਸ ਟਾਈਮ ਬੱਚਾ ਕਿੱਥੇ ਹੈ ਜੀ? ਬੱਚਾ ਸਿਵਲ ਹਸਪਤਾਲ 'ਚ ਹੈ ਜੀ। ਬੱਚਾ ਠੀਕ ਹੈ? ਨਹੀਂ, ਡੈਥ ਹੋ ਗਈ ਉਹਦੀ।